ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮਾਗ ਮਜਨ ਸੰਗ ਸਾਧੂਆਂ ਢੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਨ ਸਭ ਨਾਨੋ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਆਨ ਸਚੈ ਮਾਰਗ ਚਲਦਿਆਂ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁਨ ਜੀਅ ਦਇਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਨਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕਾਂਢੇ ਜਿਨ ਪੂਰਾ ਗੁਰ ਮਹਿਰਵਾਨ ਮਾਘ ਦੇ ਮਹੀਨੇ ਦੇ ਵਿੱਚ ਅਕਸਰ ਲੋਕਾਂ ਦੀ ਇਹ ਧਾਰਨਾ ਹੈ ਕਿ ਇਸ ਮਹੀਨੇ ਦੇ ਵਿੱਚ ਪ੍ਰਿਆਗਰਾਜ ਅਤੇ ਹੋਰ ਤੀਰਥਾਂ ਦੇ ਵਿੱਚ ਇਸ਼ਨਾਨ ਕਰਨ ਅਤੇ ਦਾਨ ਦੇਣ ਦੇ ਨਾਲ ਪੁੰਨ ਕਰਮਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਪਾਪ ਕਰਮ ਤੁਲ ਜਾਂਦੇ ਹਨ ਇਸ ਕਰਕੇ ਧਾਰਮਿਕ ਜਗਤ ਦੇ ਵਿੱਚ ਤੀਰਥਾਂ ਦੇ ਇਸ਼ਨਾਨ ਅਤੇ ਦਾਨ ਪੁੰਨ ਕਰਨ ਦਾ ਬੜਾ ਹੀ ਮਹੱਤਵ ਮੰਨਿਆ ਜਾਂਦਾ ਹੈ ਪਰ ਅਰਜੁਨ ਪਾਸ਼ਾ ਜੀ ਇਸ ਮਾਘ ਦੇ ਮਹੀਨੇ ਦਾ ਉਪਦੇਸ਼ ਦਿੰਦੇ ਹੋਏ ਸਮਝਾਉਂਦੇ ਹਨ ਕਿ ਅਸਲੀ ਇਸ਼ਨਾਨ ਅਤੇ ਅਸਲੀ দান ਕਿਹੜਾ ਹੈ ਤਨ ਦੇ ਨਾਲ ਮਨ ਨੂੰ ਸਾਫ ਕਰਨਾ ਵੀ ਜ਼ਰੂਰੀ ਹੈ ਤਨ ਸਥੂਲ ਹੈ ਉਹ ਸਾਨੂੰ ਦਿਸਦਾ ਹੈ ਅਤੇ ਪਾਣੀ ਵੀ ਸਥੂਲ ਹੈ ਉਹ ਵੀ ਸਾਨੂੰ ਦਿਸਦਾ ਹੈ ਪਾਣੀ ਤਨ ਨੂੰ ਤੇ ਧੋ ਸਕਦਾ ਹੈ ਪਰ ਪਾਣੀ ਦੀ ਪਹੁੰਚ ਮਨ ਤੱਕ ਨਹੀਂ ਹੈ ਕਿਉਂਕਿ ਮਨ ਤੇ সূক্ষਮ ਹੈ ਦਿਸਦਾ ਨਹੀਂ ਹੈ ਫਿਰ ਇਸ ਮਨ ਨੂੰ ਧੋਣ ਲਈ ਪਾਵਨ ਪਵਿੱਤਰ ਕਰਨ ਦੇ ਲਈ ਕਿਨੇ ਇਸ਼ਨਾਨ ਕਰਾਇਆ ਜਾਏ ਅਰਜੁਨ ਪਾਸ਼ਾ ਜੀ ਆਖਦੇ ਹਨ ਮਗਮ ਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ हे जीव ਤੂੰ ਸਾਧਵਾਂ ਦੀ ਸੰਗਤ ਦੇ ਵਿੱਚ ਮਜਨ ਪਾਉ ਡੁਬਕੀ ਲਗਾ ਸਾਧੂ ਕੌਣ ਹਨ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਹੈ ਅਤੇ ਕਾਬੂ ਕਰ ਲਿਆ ਹੈ ਉਹਨਾਂ ਜੀਵਾਂ ਦੇ ਅੰਦਰ ਪਰਮਾਤਮਾ ਦੇ ਗੁਣ ਆ ਜਾਂਦੇ ਹਨ ਜੁੜੀ ਹੋਈ ਆਤਮਾ ਦੇ ਨਾਲ ਬੈਠਣ ਦੇ ਨਾਲ ਮਨ ਜੁੜ ਜਾਂਦਾ ਹੈ ਇਸ ਲਈ ਸਾਧੂਆਂ ਦੀ ਸੰਗਤ ਕਰਕੇ ਧੂੜੀ ਕਰ ਇਸ਼ਨਾਨ ਉਨ੍ਹਾਂ ਦੀ ਚਰਨ ਤੋੜ ਮस्तक ਨੂੰ ਲਗਾ ਕੇ ਉਸ ਵਿੱਚ ਇਸ਼ਨਾਨ ਕਰ ਜਿੱਥੇ ਨਾਮ ਸਿਮਰਨ ਭਜਨ ਬੰਦਗੀ ਕਰਨ ਵਾਲੇ ਮਹਾਪੁਰਸ਼ਾਂ ਦੇ ਚਰਨ ਪੈ ਜਾਂਦੇ ਹਨ ਜਿੱਥੇ ਉਹਨਾਂ ਦਾ ਜਨਮ ਹੁੰਦਾ ਹੈ ਜੀਵਨ ਬਤੀਤ ਹੁੰਦਾ ਹੈ ਜਿੱਥੇ ਉਹ ਜੋਤੀ ਜੋਤ ਸਮਾਉਂਦੇ ਹਨ ਉਹ ਥਾਂ ਤੀਰਥ ਬਣ ਜਾਂਦੇ ਹਨ ਪਾਵਨ ਪਵਿੱਤਰ ਹੋ ਜਾਂਦੇ ਹਨ ਮਹਾਪੁਰਸ਼ਾਂ ਦੇ ਚਰਨ ਵੀ ਪਵਿੱਤਰ ਹੁੰਦੇ ਹਨ ਪਾਣੀ ਤਨ ਨੂੰ ਸਾਫ਼ ਕਰਦਾ ਹੈ ਤੇ ਸਾਧੂ ਦੀ ਸੰਗਤ ਅਤੇ ਉਹਨਾਂ ਦੇ ਚਰਨਾਂ ਦੀ ਧੂੜੀ ਨਾਲ ਮਨ ਪਵਿੱਤਰ ਹੋ ਜਾਂਦਾ ਹੈ। ਕਬੀਰ ਦਾਸ ਜੀ ਦੇ ਵਚਨ ਹਨ। ਕਹਿ ਕਬੀਰ ਹਉ ਭਇਆ ਉਦਾਸ ਤੀਰਥ ਵੱਡਾ ਕੇ ਹਰਕਾ ਦਾਸ ਕਬੀਰ ਦਾਸ ਜੀ ਆਖਦੇ ਹਨ ਕਿ ਹਰੀ ਦਾ ਦਾਸ ਤੀਰਥਾਂ ਨਾਲੋਂ ਵੀ ਵੱਡਾ ਹੁੰਦਾ ਹੈ। ਹਰ ਕਾ ਨਾਮ ਤੇ ਆਏ ਸੁਣ ਸਭ ਨਾਨੋ ਕਰ ਦਾਨ ਸੰਗਤ ਵਿੱਚ ਬੈਠ ਕੇ ਹਰੀ ਦੇ ਨਾਮ ਦਾ ਸਿਮਰਨ ਕਰ ਜਪ ਕਰ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਖ ਕਥਾ ਕੀਰਤਨ ਸੁਣ ਸੁਣਨ ਤੋਂ ਬਾਅਦ ਕੀ ਕਰਨਾ ਹੈ ਸਬ ਨਾਨੋਂ ਕਰ ਦਾਨ ਜੋ ਤੂੰ ਸੁਣਿਆ ਜੋ ਤੂੰ ਸਮਝਿਆ ਉਸ ਦਾ ਦਾਨ ਸਾਰਿਆਂ ਨੂੰ ਕਰ ਹੋਰਨਾਂ ਨੂੰ ਵੀ ਨਾਮ ਸਿਮਰਨ ਦੇ ਲਈ ਪ੍ਰੇਰਿਤ ਕਰ ਆਪ ਜਪੋ ਅਵਰੇ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਫਿਰ ਕੀ ਹੋਵੇਗਾ ਜਨਮ ਕਰਮ ਮਲ ਉੱਤਰੈ ਮਨ ਤੇ ਝਾਏ ਗੁਮਾਨ ਸਾਧੂ ਦੀ ਸੰਗਤ ਦੇ ਵਿੱਚ ਬੈਠ ਕੇ ਪ੍ਰਭੂ ਨਾਮ ਸੁਣ ਕੇ ਕਥਾ ਕੀਰਤਨ ਸੁਣ ਕੇ ਖਾਕ ਆਪਣੇ ਮਸਤਕ ਨੂੰ ਲਗਾ ਕੇ ਤੇਰੇ ਜਨਮ ਜਨਮਾਂਤਰਾਂ ਦੇ ਮਾੜੇ ਕਰਮਾਂ ਦੀ ਜੰਮੀ ਹੋਈ ਮੈਲ ਤਲ ਜਾਏਗੀ ਅਤੇ ਤੇਰਾ ਅਹੰਕਾਰ ਮਿਟ ਜਾਏਗਾ ਕਾਮ ਕ੍ਰੋਧ ਨਾ ਮੋਹੀਏ ਬਿਨ ਸਹਿ ਲੋਭ ਸੁਆਨ ਜਦੋਂ ਕਾਮਨਾਵਾਂ ਦੀ ਪੂਰਤੀ ਨਹੀਂ ਹੁੰਦੀ ਤੇ ਜੀਵ ਦੇ ਅੰਦਰ ਕ੍ਰੋਧ ਪੈਦਾ ਹੋ ਜਾਂਦਾ ਹੈ ਸੰਗਤ ਕਰਨ ਦੇ ਨਾਲ ਨਾਮ ਸਿਮਰਨ ਦੇ ਨਾਲ ਕ੍ਰੋਧ ਮਿਟ ਜਾਂਦਾ ਹੈ ਅਤੇ ਜੀਵ ਦੇ ਅੰਦਰ ਮੋਹ ਪੈਦਾ ਹੋ ਜਾਂਦਾ ਹੈ ਲੋਭੀ ਕੁੱਤਾ ਦੁਆਰੇ-ਦੁਆਰ ਪਟਕਦਾ ਹੈ ਦੁਆਰੇ-ਦੁਆਰ ਸਵਾਨ ਜਿਉਂ ਦੌਲਤ ਨਹੀਂ ਸੁਧ ਰਾਮ ਭਜਨ ਕੀ ਪ੍ਰਭੂ ਦਾ ਸਿਮਰਨ ਨਾ ਕਰਨ ਵਾਲੇ ਜੀਵ ਲੋਭੀ ਕੁੱਤੇ ਵਾਂਗ ਦੁਆਰੇ-ਦੁਆਰ ਪਟਕਦੇ ਫਿਰਦੇ ਹਨ ਨਾਮ ਸਿਮਰਨ ਕਰਨ ਦੇ ਨਾਲ ਲੋਭ ਮਿਟ ਜਾਂਦਾ ਹੈ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਜਦ ਜੀਵ ਪਰਮਾਤਮਾ ਦੇ ਦੱਸੇ ਹੋਏ ਸੱਚੇ ਮਾਰਗ ਤੇ ਚੱਲਣ ਲੱਗ ਜਾਂਦਾ ਹੈ ਤਾਂ ਉਸ ਦੇ ਅੰਦਰ दैਵੀ ਗੁਣ ਪੈਦਾ ਹੋ ਜਾਂਦੇ ਹਨ ਫਿਰ ਜਗਤ ਉਸ ਦੀ ਉਸਤਤ ਕਰਨ ਲੱਗ ਜਾਂਦਾ ਹੈ 68 ਤੀਰਥ ਸਗਲ ਪੁੰਨ ਜੀ ਅਦਿਆ ਪਰਵਾਨ ਸੰਗਤ ਦੇ ਵਿੱਚ ਬੈਠ ਕੇ ਕੀਤੇ ਹੋਏ ਜਾਪ ਅਤੇ ਸਿਮਰਨ ਦੇ ਨਾਲ 88 ਤੀਰਥਾਂ ਦੇ ਪੁੰਨ ਪ੍ਰਾਪਤ ਹੋ ਜਾਂਦੇ ਹਨ ਅਤੇ ਜੀਵਾਂ ਉੱਤੇ ਦਇਆ ਕਰਨ ਵਾਲੇ ਧਾਰਮਿਕ ਕਰਮਾਂ ਦੇ ਫਲ ਵੀ ਸੰਗਤ ਵਿੱਚ ਬੈਠ ਕੇ ਕੀਤੇ ਗਏ ਸਿਮਰਨ ਦੇ ਨਾਲ ਪ੍ਰਾਪਤ ਹੋ ਜਾਂਦੇ ਹਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਪਰਮਾਤਮਾ ਕਿਰਪਾ ਕਰਕੇ ਜਿਸ ਜੀਵ ਨੂੰ ਸਿਮਰਨ ਦੀ ਦਾਤ ਬਖਸ਼ ਦਿੰਦਾ ਹੈ ਉਹ ਮਨੁੱਖ ਜੀਵਨ ਜੀਣ ਦੇ ਸਹੀ ਰਸਤੇ ਦੀ ਪਛਾਣ ਕਰਨ ਵਾਲਾ ਸਿਆਣਾ ਮਨੁੱਖ ਬਣ ਜਾਂਦਾ ਹੈ ਜਿਨ੍ਹਾਂ ਮਿਲਿਆ ਪ੍ਰਭ ਆਪਨਾ ਨਾਨਕ ਤਿੰਨ ਕੁਰਬਾਨ ਨਾਨਕ ਪਾਸ਼ਾ ਜੀ ਆਖਦੇ ਹਨ ਕਿ ਇਸ ਮਾਗ ਦੇ ਮਹੀਨੇ ਦੇ ਵਿੱਚ ਜਿਨ੍ਹਾਂ ਜੀਵਾਂ ਨੂੰ ਐਸਾ ਪਿਆਰਾ ਪ੍ਰੀਤਮ ਮਿਲ ਗਿਆ ਹੈ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਹਾਂ ਮਾਗ ਸੁਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਹਿਰਵਾਨ ਅਖੀਰ ਵਿੱਚ ਅਰਜੁਨ ਪਾਸ਼ਾ ਜੀ ਆਖਦੇ ਹਨ ਕਿ ਜਿਨ੍ਹਾਂ ਜੀਵਾਂ ਨੂੰ ਗੁਰੂ ਦੀ ਕਿਰਪਾ ਸਦਕਾ ਨਾਮ ਸਿਮਰਨ ਅਤੇ ਸਾਧੂ ਮਹਾਪੁਰਸ਼ਾਂ ਦੀ ਚਰਨ ਧੋੜ ਵਿੱਚ ਇਸ਼ਨਾਨ ਕਰਨਾ ਨਸੀਬ ਹੋ ਗਿਆ ਹੈ ਉਹ ਮਨੁੱਖ ਅਸਲ ਰੂਪ ਦੇ ਵਿੱਚ ਤਨ ਅਤੇ ਮਨ ਕਰਕੇ ਸੁੱਚੇ ਹੋ ਜਾਂਦੇ ਹਨ ਇਸ ਲਈ ਗੁਰੂ ਅਰਜੁਨ ਪਾਤਸ਼ਾਹ ਜੀ ਸਮਝਾਉਂਦੇ ਹਨ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਸਾਡੀ ਵੀ ਤਨ ਗੁਰੂ ਅਰਜੁਨ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਕੀ ਮਹਾਰਾਜ ਸਾਡੇ ਵੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੇ ਜਾਗਣੇ ਅੰਮ੍ਰਿਤ ਵੇਲੇ ਦੇ ਇਸ਼ਨਾਨ ਅਤੇ ਨਾਮ ਸਿਮਰਨ ਦੇ ਦਾਤ ਪਾ ਦੇਵਨ ਤਾਂ ਜੋ ਸਾਡਾ ਵੀ ਤਨ ਅਤੇ ਮਨ ਦੋਨੋਂ ਹੀ ਨਿਰੋਗੀ ਅਤੇ ਪਵਿੱਤਰ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ